ਅਕਸਰ ਹੀ ਅਸੀਂ ਵੇਖਦੇ ਹਾਂ ਕਿ ਛੋਟੇ ਬੱਚਿਆਂ ਨੂੰ ਜਾਂ ਫਿਰ ਭਰੂਣ ਨੂੰ ਕੂੜੇ ਦੇ ਢੇਰਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਉਹਨਾਂ ਨੂੰ ਜਾਂ ਤਾਂ ਕੁੱਤੇ ਖਾ ਜਾਂਦੇ ਨੇ ਜਾਂ ਫਿਰ ਮੌਸਮ ਦੀ ਮਾਰ ਨਾ ਝੱਲਦੇ ਇਹ ਬੱਚੇ ਦਮ ਤੋੜ ਦਿੰਦੇ ਨੇ। ਅੱਗੇ ਤੋਂ ਇਸ ਤਰ੍ਹਾਂ ਦਾ ਨਾ ਹੋਵੇ ਇਸ ਦੇ ਲਈ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਕਾਰੀ ਹਸਪਤਾਲ ਦੇ ਗੇਟ ਦੇ ਬਾਹਰ ਇੱਕ ਪੰਘੂੜਾ ਬਣਾ ਦਿੱਤਾ ਗਿਆ। ਪੰਘੂੜੇ ਦੇ ਵਿੱਚ ਇੱਕ ਟੋਕਰੀ ਰੱਖੀ ਗਈ ਹੈ ਜਿਸ ਦੇ ਵਿੱਚ ਜਦੋਂ ਕੋਈ ਬੱਚਾ ਉਸ ਟੋਕਰੀ ਦੇ ਵਿੱਚ ਰੱਖੇਗਾ ਤਾਂ ਉਸਦੇ ਭਾਰ ਦੇ ਨਾਲ ਐਮਰਜੈਂਸੀ ਦੇ ਵਿੱਚ ਲੱਗੀ ਬੈਲ ਵੱਜੇਗੀ। ਉਹ ਬੈਲ ਉਦੋਂ ਤੱਕ ਵੱਜੇਗੀ ਜਦੋਂ ਤੱਕ ਸਟਾਫ ਬੱਚੇ ਨੂੰ ਚੁੱਕ ਕੇ ਨਹੀਂ ਲੈ ਆਉਂਦਾ। ਐਮਰਜੈਂਸੀ ਦੇ ਵਿੱਚ 24 ਘੰਟੇ ਸਟਾਫ ਦੀ ਡਿਊਟੀ ਰਹੇਗੀ। ਇੱਥੇ ਇਹ ਵੀ ਦੱਸ ਦਈਏ ਕਿ ਇਸ ਤਰ੍ਹਾਂ ਦਾ ਪੰਘੂੜਾ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਅਤੇ ਦੂਜਾ ਸੰਗਰੂਰ ਅਤੇ ਤੀਜਾ ਹੁਣ ਤਰਨ ਤਾਰਨ ਦੇ ਵਿੱਚ ਹੈ। ਇਸ ਦਾ ਸਾਰਾ ਕ੍ਰੈਡਿਟ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ। ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਰਹੇਗਾ। ਇਸ ਪੰਘੂੜੇ ਦੇ ਲੱਗਣ ਦੇ ਨਾਲ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਆ। ਮੇਰਾ ਨਾਮ ਡਾਕਟਰ ਰੋਹਿਤ ਮਹਿਤਾ ਜੀ, ਮੈਂ ਸ਼ਿਵਨੋ ਸਿਵਲ ਹੋਸਪਿਟਲ ਤਰਨ ਤਾਰਨ। ਇਹ ਉਪਰਾਲਾ DC ਸਾਹਿਬ ਵੱਲੋਂ ਕੀਤਾ ਗਿਆ ਔਰ ਇਹ ਉਪਰਾਲਾ ਬਹੁਤ ਹੀ ਚੰਗਾ ਹੈ। ਜਿਹੜਾ ਅਨਵਾਂਟਿਡ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਬੱਚੇ, ਉਹ ਜਿਹੜੇ ਵਿਚਾਰੇ ਅਨਵੈਡ ਮਦਰਸ ਜਾਂ ਕੋਈ ਹੋਰ ਸੀਗੀਆਂ ਜਿਨ੍ਹਾਂ ਕਾਰਨਾਂ ਕਰਕੇ ਜਿਹੜਾ ਬੱਚਾ ਨਹੀਂ ਚਾਹੁੰਦੇ ਸੀ ਉਹਨੂੰ ਇੱਥੇ ਉੱਥੇ ਸਿੱਟਦੇ ਸੀਗੇ, ਉਹ ਹੁਣ ਇੱਥੇ ਆ ਕੇ ਬੇਹਿਚਕ ਬੱਚਾ ਰੱਖ ਸਕਦੇ ਨੇ। ਜਦੋਂ ਬੱਚਾ ਰੱਖਣਗੇ ਉਹਨਾਂ ਨੂੰ ਕੋਈ ਇਹ ਨਹੀਂ ਪੁੱਛੇਗਾ ਕਿ ਕੀ ਉਹ ਬੱਚਾ ਰੱਖ ਰਹੇ ਹੋ, ਕਿਸ ਲਈ ਰੱਖ। ਜਿੱਦਾਂ ਹੀ ਬੱਚਾ ਰੱਖਣਗੇ, ਇਹ 'ਚ ਅੰਦਰ ਬੈੱਲ ਲੱਗੀ ਹੈ ਡਿਊਟੀ ਰੂਮ 'ਚ, ਉਹ ਬੈੱਲ ਵੱਜੇਗੀ ਤਾਂ ਸਾਡਾ ਮੁਲਾਜ਼ਮ ਆ ਕੇ ਇਸ ਬੱਚੇ ਨੂੰ ਇੱਥੋਂ ਲੈ ਕੇ ਅੰਦਰ ਜਾਊਗਾ ਤਾਂ ਦੇਖਭਾਲ ਕਰੂਗਾ। ਉਸ ਤੋਂ ਬਾਅਦ ਅਸੀਂ ਰੈੱਡ ਕਰਾਸ ਵਾਲਿਆਂ ਨੂੰ ਇਨਫੋਰਮ ਕਰਾਂਗੇ ਤਾਂ ਉਹ ਅੱਗੇ ਬੱਚੇ ਨੂੰ ਲੈ ਕੇ ਤਾਂ ਉਹਦੀ ਅਡੋਪਸ਼ਨ ਦੀ ਜੋ ਵੀ ਹੈ ਉਹ ਜੋ ਯੋਗ ਪ੍ਰਣਾਲੀ ਹੁੰਦੀ ਹੈ ਉਹ DC ਸਾਹਿਬ ਰਾਹੀਂ ਅਡੋਪਸ਼ਨ ਦੀ ਕੀਤੀ ਜਾਊਗੀ। ਨਹੀਂ, ਇੱਕ ਸੰਗਰੂਰ 'ਚ ਵੀ ਹੈਗਾ, ਅੰਮ੍ਰਿਤਸਰ 'ਚ ਵੀ ਹੈ। ਇਹ DC ਸਾਹਿਬ ਦੀ ਹਿੰਮਤ ਕਰਕੇ ਉਹਨਾਂ ਦੇ ਸਾਰੀ ਕੋਸ਼ਿਸ਼ਾਂ ਦੇ ਨਾਲ ਇਹ ਬਣਿਆ ਹੈ ਜੀ। ਇਸ ਡਿਊਟੀ ਜਿਹੜੀ ਉਹ ਕਿੰਨਾ ਸਮਾਂ, 24 ਆਵਰਸ ਸਟਾਫ ਅਵੇਲੇਬਲ, ਉਹ ਬਾਹਰ ਜਾ ਕੇ ਦੇਖੇਗੀ ਕਿ ਬੈੱਲ ਵੱਜੀ ਹੈ ਕੋਈ। ਮੇਰਾ ਨਾਂ ਗੁਰਪ੍ਰੀਤ ਸਿੰਘ ਗੋਲਡੀ, ਮੈਂ ਕੌਂਸਲਰ ਇੱਥੇ ਤਰਨ ਤਾਰਨ ਦੇ ਵਿੱਚ। ਜਿਹੜਾ ਰੈੱਡ ਕਰਾਸ ਵੱਲੋਂ ਜਿਹੜਾ ਇਹ ਪੰਘੂੜਾ ਬਣਾਇਆ ਗਿਆ ਵਾ, ਇਹ ਬਹੁਤ ਵੱਡਾ ਉਪਰਾਲਾ ਹੈਗਾ ਵਾ, ਕਿਉਂਕਿ ਜਿਹੜੀਆਂ ਅਣਘਟਨਾ ਹੁੰਦੀਆਂ ਸੀ, ਲੋਕ ਬੱਚਿਆਂ ਨੂੰ ਲਵਾਰਸ, ਕੋਈ ਕੂੜੇਦਾਨ ਦੇ ਵਿੱਚ ਸੁੱਟ ਜਾਂਦਾ ਸੀ, ਕੋਈ ਕਿਤੇ ਸੁੱਟ ਜਾਂਦਾ ਸੀ, ਉਹ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਕੋਈ ਵੀ ਵਾਪਰਦੀ ਆ ਜਾਂ ਤੁਹਾਨੂੰ ਕੋਈ ਲਵਾਰਸ ਬੱਚਾ ਮਿਲਦਾ ਵਾ, ਉਹ ਇੱਥੇ ਆ ਕੇ ਰੈੱਡ ਕਰਾਸ ਪੰਘੂੜੇ ਦੇ ਵਿੱਚ ਪਾ ਦਿੱਤਾ ਜਾਵੇ, ਤਾਂ ਜੋ ਸਾਡੇ ਜ਼ਿਲ੍ਹੇ ਦੇ ਰੈੱਡ ਕਰਾਸ ਵਾਲੇ ਉਹਨਾਂ ਦੀ ਜ਼ਿੰਮੇਵਾਰੀ ਬਣੇ ਉਹਦੀ ਦੇਖਭਾਲ ਕਰਨ ਵਾਸਤੇ। ਇਹ ਬਹੁਤ ਵਧੀਆ ਉਪਰਾਲਾ ਹੈਗਾ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।